What's up ਤੇ ਕੀ ਹਾਲ ਚਾਲ ਹੈ ਮੈਂ ਹਾਂ ਤੁਹਾਡਾ ਆਪਣਾ ਜੀਤ ਮੋਡੀਫਾਈਡ ਕਲੱਬ ਤੋਂ ਤੇ ਨਨੂ ਭਾਈ ਮੇਰੇ ਨਾਲ ਨੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਰ ਮੇਰੇ ਵੱਲੋਂ ਤੇ ਯਾਰ ਆਪਾਂ ਅੱਜ ਦਾ ਇੱਕ ਟੌਪਿਕ ਬਹੁਤ ਵਧੀਆ ਲੈ ਕੇ ਆਏ ਹਾਂ ਉਸ ਤੋਂ ਪਹਿਲਾਂ ਫਟਾਫਟ ਚੈਨਲ ਨੂੰ ਕਰ ਦਿਓ ਯਾਰ ਸਬਸਕ੍ਰਾਈਬ ਤੇ ਇੰਸਟਾਗ੍ਰam ਨੂੰ ਜਾ ਕੇ ਫਟਾਫਟ ਕਰ ਲਓ ਫੋਲੋ ਕਿਉਂਕਿ ਯਾਰ ਆਪਾਂ ਹਰ ਚੀਜ਼ ਇਨਫੋਰਮੇਸ਼ਨ ਤੁਹਾਨੂੰ ਆਪਾਂ ਡੇਲੀ ਅਪਡੇਟਸ ਉੱਥੇ ਵੀ ਕਰਦੇ ਆ ਆ ਚੁੱਕੇ ਆ ਮੋਡੀਫਾਈਡ ਅੰਡਰਸਕੋਰ ਕਲੱਬ 20 ਤੇ ਤੁਸੀਂ ਉੱਥੇ ਵੀ ਜਾ ਕੇ ਸਾਨੂੰ ਕਰ ਸਕਦੇ ਹੈਗੇ ਹੋ ਤੇ ਥੱਲੇ ਡਿਸਕ੍ਰਿਪਸ਼ਨ ਚ ਉਹਦਾ ਲਿੰਕ ਵੀ ਮਿਲ ਜਾਏਗਾ ਨਾਲੇ ਅੱਜ ਆਪਾਂ ਇੱਕ ਸਵਿਫਟ ਨਹੀਂ ਦੋ ਸਵਿਫਟ ਨਹੀਂ ਕਿੰਨੀਆਂ ਸਵਿਫਟ ਲੈ ਕੇ ਆਏ ਸਰ ਆਪਾਂ 4 ਸਵਿਫਟ ਲੈ ਕੇ ਆਏ ਆ ਸਾਰੀ ਰੇਂਜ ਦੇ ਹਿਸਾਬ ਨਾਲ ਲੈ ਕੇ ਆਏ ਆ 12 14 15 ਇਹ ਮਾਡਲਸ ਨੇ ਤੇ ਤੁਹਾਨੂੰ ਦਿਖਾਉਂਦੇ ਆ ਔਰ ਸਾਰੀ ਅਪਗ੍ਰੇਡਡ ਨੇ ਅਲੋਏ ਵੀਲ ਪਏ ਹੋਏ ਨੇ ਬਹੁਤ ਕੁਝ ਫੀਚਰਸ ਨੇ ਦਿਖਾਉਂਦੇ ਤੁਹਾਨੂੰ ਆਓ ਗੱਡੀਆਂ ਵਾਂ ਲੈ ਕੇ ਸਭ ਤੋਂ ਪਹਿਲੇ ਆਪਾਂ ਸਰ ਸਟਾਰਟ ਕਰਦੇ ਆ 2012 ਮਾਡਲ ਤੋਂ ਜਿਹੜੀ ਉਹ ਅਸੈਸਰੀ ਵੀ ਸਭ ਤੋਂ ਪਹਿਲਾਂ ਅੱਜ ਸਾਡੇ ਮਤਲਬ ਕਿਹੜੀ ਕਿਹੜੇ ਆਪਾਂ ਮਾਡਲ ਤਾਂ ਚਾਲੂ ਕਰਨ ਲੱਗੇ ਹਾਂ ਸਰ ਆਪਣੇ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ 12 ਮਾਡਲ ਫਿਰ ਆਪਾਂ ਦਿਖਾ ਦਾਂਗੇ 13 ਫਿਰ 14 ਫਿਰ 15 ਤੇ ਗਾਇਸ ਇਹ ਸਾਰੇ ਮਾਡਲ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਦਿੱਤੀ ਜਾਈ ਕਿੰਨੇ ਕਿਲੋਮੀਟਰ ਰਨ ਕੀਤੀ ਆ ਸਰ ਇਹ ਲਗਭਗ ਜਿਹੜੀਆਂ ਕਾਰਾਂ ਨੇ ਨੀਅਰ ਬਾਏ 50,000 ਤੋਂ ਲੈ ਕੇ ਲੱਖ ਕਿਲੋਮੀਟਰ ਦੇ ਵਿੱਚ ਵਿੱਚ ਚੱਲੀਆਂ ਕੋਈ 60 ਚੱਲੀ ਹੈ ਕੋਈ 70 ਚੱਲੀ ਹੈ ਕੋਈ 80 ਚੱਲੀ ਹੈ ਉਹ ਗੱਡੀਆਂ ਸਾਰੀਆਂ ਇੱਕ ਨੰਬਰ ਸਾਰੀਆਂ ਹੈਗੀਆਂ ਵਾਈਟ ਕਲਰ ਤੁਸੀਂ ਵੇਖ ਸਕਦੇ ਹੋ ਮੇਰੇ ਪਿੱਛੇ ਲੱਗੀਆਂ ਵੀ ਹੈ ਸਾਰੀਆਂ ਵਾਈਟ ਕਲਰ ਨੇ ਕਈਆਂ ਵਿੱਚ ਅਲੋਏ ਅਪਡੇਟ ਨੇ ਕਈਆਂ ਵਿੱਚ ਵੀਲ ਕਪ ਇੰਨੇ ਸੋਹਣੇ ਲੱਗਿਆ ਕਿ ਬਹੁਤ ਮਜ਼ੇਦਾਰ ਨੇ ਆਓ ਬਾਬਾ ਜੀ ਪਹਿਲੇ ਕਿੰਨੇ ਮਾਡਲ ਤੋਂ ਚਾਲੂ ਕਰਦੇ ਹਾਂ ਸਰ ਆਪਾਂ ਸਟਾਰਟ ਕਰਦੇ ਹਾਂ 2015 ਮਾਡਲ ਕਾਰ ਹੈ ਠੀਕ ਹੈ ਇਹ ਸਵਿਫਟ 2015 ਮਾਡਲ ਸਿੰਗਲ ਓਨਰ ਕਾਰ ਹੈ ਤੇ ਫਸਟ ਹੈਂਡ ਡਰਾਈਵਨ ਹੈ ਸੀਟ ਕਵਰਸ ਬਹੁਤ ਵਧੀਆ ਲੱਗੇ ਹੋਏ ਨੇ 53000 ਅਪਰੋਕਸ ਕਿਲੋਮੀਟਰ ਚੱਲੀ ਹੈ ਠੀਕ ਹੈ ਇਹ ਐਲਡੀਆਈ ਆਪਸ਼ਨਲ ਮਾਡਲ ਹੈ ਬਟ ਕਨਵਰਟਡ ਇਨ ਵੀਡੀਆਈ ਠੀਕ ਹੈ ਵੀਲ ਕਵਰਸ ਤੁਸੀਂ ਦੇਖੋ ਬਿਲਕੁਲ ਨਿਊ ਨੇ ਟਾਇਰਸ ਬਿਲਕੁਲ ਬ੍ਰੈਂਡ ਨਿਊ ਹੈ ਪਾਵਰ ਵਿੰਡੋਜ਼ ਹੈ ਕਾਰ ਤੁਸੀਂ ਰਾਉਂਡ ਫੇਰ ਕੇ ਇੱਕ ਵਾਰੀ ਕਾਰ ਦੇਖ ਲਓ ਬਿਲਕੁਲ ਨੀਟ ਐਂਡ ਕਲੀਨ ਕਾਰ ਹੈ ਇੰਨੀ ਚੀਜ਼ ਮੈਂ ਦੱਸ ਸਕਦਾ ਨਨੂ ਭਾਈ ਕੋਲ ਤੁਸੀਂ ਆਓਗੇ ਤੁਹਾਨੂੰ ਸਾਫ ਚੀਜ਼ ਮਿਲੇਗੀ ਮਿਲੇਗੀ ਤੇ ਆਪਾਂ ਸਭ ਤੋਂ ਪਹਿਲਾਂ ਬੋਨਟ ਜਿਹੀ ਖੋਲ ਕੇ ਬੋਨਟ ਚੈੱਕ ਕਰਦੇ ਹਾਂ ਹਨਾ ਭਾਈ ਮੈਂ ਹੀ ਦਿਖਾ ਦਿੰਦਾ ਸਰ ਤੁਹਾਨੂੰ ਅੱਜ ਬੋਨਟ ਖੋਲ ਕੇ ਦੇਖੋ ਬਿਲਕੁਲ ਨੀਟ ਐਂਡ ਕਲੀਨ ਕਾਰ ਹੈ ਤੁਸੀਂ ਦੇਖੋ ਹਲੇ ਤੱਕ ਤਾਂ ਪੂਰੇ ਕਿਤੋਂ ਕਾਰ ਅਜ ਤੱਕ ਇਹ ਤੋਂ ਸਿੱਧੀ ਗੱਲ ਪਤਾ ਚੱਲ ਜਾਂਦੀ ਗੱਡੀ ਐਕਸੀਡੈਂਟ ਨਹੀਂ ਹੈਗੀ ਤੁਸੀਂ ਆ ਬੇਫਿਕਰ ਰਹੋ ਐਮਰੌਨ ਦੀ ਬੈਟਰੀ ਅੱਜ ਤੁਹਾਨੂੰ ਮਿਲੇਗੀ ਸਭ ਤੋਂ ਵੱਡੀ ਗੱਲ ਕੀ ਹੈ ਕਾਰ ਸਿੰਗਲ ਓਨਰ ਹੈ ਤੇ ਉਤੋਂ ਦੀ ਡੀਜ਼ਲ ਵੀਡੀਓ ਉਤੋਂ ਸਰ ਤੁਹਾਡੀ ਕਾਲਸ ਨਾ ਜੋ ਬਹੁਤ ਸਾਰੀਆਂ ਆਉਂਦੀਆਂ ਮੈਂ ਕਾਰ ਦੀ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਵੀਰ ਮੇਰੇ ਕਾਲ ਕਰਦੇ ਨੇ ਤੁਸੀਂ ਇਹ ਚੀਜ਼ ਮੈਂ ਰਿਪੀਟ ਕਰਾਂਗਾ ਸਾਡੇ ਕੋਲ ਲੋਨ ਫੈਸਿਲਿਟੀ ਮਤਲਬ ਅਵੇਲੇਬਲ ਹੈ ਮੌਕੇ ਤੇ ਹੀ ਅਵੇਲੇਬਲ ਹੈ ਵਿਦਇਨ 24 ਆਵਰਸ ਟੂ 48 ਆਵਰਸ ਅਸੀਂ ਤੁਹਾਡੇ ਨਾਮ ਤੇ ਲੋਨ ਕਰਾ ਕੇ ਦਿੰਦੇ ਆ ਬਸ ਯੂ ਨੀਡ ਟੂ ਹੈਵ ਟੂ ਸੈਂਡ ਟੂ ਆਈਡੀ ਪ੍ਰੂਫ ਸਾਨੂੰ ਚਾਹੀਦੇ ਹੋਣਗੇ ਤੁਹਾਡੇ ਸਿੰਪਲ ਆਈਡੀ ਪ੍ਰੂਫ ਦਿਓਗੇ ਤੇ ਅਸੀਂ ਤੁਹਾਨੂੰ ਕਾਰ ਈਜ਼ੀਲੀ EMIs ਔਨ ਮਿਲ ਜਾਏਗੀ ਪਰ ਯੂ ਹੈਵ ਟੂ ਗਿਵਨ ਅਸ ਡਾਊਨ ਪੇਮੈਂਟ ਸਾਨੂੰ ਜ਼ਰੂਰ ਦੇਣੀ ਪਏਗੀ ਤੁਸੀਂ ਕਹੋਗੇ ਕਿ ਬਿਨਾ ਡਾਊਨ ਪੇਮੈਂਟ ਤੋਂ ਕਾਰ ਮਿਲ ਜਾਏ ਦੈਟ ਇਜ਼ ਨਾਟ ਪੋਸੀਬਲ ਤੇ ਗਾਇਸ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਯਾਰ ਸਾਲ ਦਾ ਚੱਲ ਰਿਹਾ ਐਂਡ ਤੇ ਤੁਹਾਨੂੰ ਕੰਪਨੀਆਂ ਵਿੱਚ ਵੀ ਆਫਰ ਮਿਲਦੇ ਨੇ ਇੱਧਰ ਵੀ ਆਫਰ ਮਿਲਣਗੇ ਮਿਲਣਗੇ ਉੱਤੋਂ ਦੀ ਲੋਨ ਪ੍ਰੋਫਾਈਲਿਟੀ ਤੁਹਾਨੂੰ ਪੂਰੀ ਦੀ ਪੂਰੀ ਇੱਥੇ ਮਿਲੇਗੀ ਐ ਨਹੀਂ ਹੈਗਾ ਕਿ ਨਵੀਂ ਗੱਡੀ ਚਾਹੀਦੀ ਤੇ ਪੁਰਾਣੀ ਚ ਨਹੀਂ ਮਿਲੇਗੀ ਬਿਲਕੁਲ ਬਿਲਕੁਲ ਉਹ ਵੀ ਇੱਥੇ ਮਿਲਣੀ ਹੈ ਤੇ ਤੁਸੀਂ ਕਹੋਗੇ ਨਾ ਕਿਤੇ ਡਿਲੀਵਰ ਵੀ ਕਰਾ ਦਿਓ ਉਹ ਵੀ ਆਪਾਂ ਕਰ ਦਾਂਗੇ ਘਰ ਕਹੋਗੇ ਘਰ ਵੀ ਮਿਲੇਗਾ ਤੇ ਉਸ ਤੋਂ ਬਾਅਦ ਗੱਡੀ ਤੁਸੀਂ ਵੇਖ ਸਕਦੇ ਹੋ ਫੁੱਲ ਨੀਟ ਐਂਡ ਕਲੀਨ ਐ ਗੱਡੀ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਵੇਖ ਸਕਦੇ ਹੈਗੇ ਯਾਰ ਮੈਂ ਭਾਈ ਨੂੰ ਬੋਲਾਂਗਾ ਕਿ ਇੱਕ ਵਾਰ ਸਾਈਡ ਤੋਂ ਤੁਸੀਂ ਵੇਖੋ ਬਿਲਕੁਲ ਗੱਡੀ ਸਾਫ ਸੁਥਰੀ ਹੈ ਕਿ ਹਾਂ 2015 ਮਾਡਲ ਹੈ ਹਲਕਾ ਫੁਲਕਾ ਯਾਰ ਸਕ੍ਰੈਚਸ ਵੀ ਛੋਟੇ-ਮੋਟੇ ਕਹਿੰਦੇ ਆ ਜਿਹਨੂੰ ਆਪਾਂ ਹੋਣਗੇ ਸਰ ਉਹ ਸਕ੍ਰੈਚਸ ਨੂੰ ਜਿਹੜੇ ਛੋਟੇ-ਮੋਟੇ ਹੁੰਦੇ ਵੀ ਅਸੀਂ ਉਹਨੂੰ ਕੰਪਾਊਂਡ ਪਾਲਿਸ਼ ਕਰਕੇ ਨਿਕਲ ਜਾਂਦੇ ਨੇ ਮਤਲਬ ਚੱਕਾ-ਚੱਕ ਕਾਰ ਬਣ ਜਾਂਦੀ ਹੈ ਬਿਲਕੁਲ ਤੁਹਾਨੂੰ ਐ ਬੇਚਿੰਤ ਹੋ ਕੇ ਇੱਕ ਵਾਰ ਆਓ ਵਿਜ਼ਿਟ ਕਰੋ ਤੁਹਾਨੂੰ ਦੇਖਣ ਨੂੰ ਬਹੁਤ ਕੁਝ ਭਾਜੀ ਕੋਲ ਮਿਲੇਗਾ ਐ ਨਹੀਂ ਕਿ ਇਕੱਲੀ ਸਵਿਫਟ ਸਵਿਫਟ ਤੋਂ ਇਲਾਵਾ ਵੀ ਗੱਡੀਆਂ ਹੋਰ ਬਹੁਤ ਹੈਗੀਆਂ ਭਾਜੀ ਕੋਲ ਤੇ ਅੱਜ ਤੁਸੀਂ ਸਾਰੇ ਯਾਰ ਸਵਿਫਟ ਲਵਰ ਹੋ ਮੇਰੇ ਜਿੰਨੇ ਵੀ ਭਾਈ ਯਾਰ ਸਾਡੇ ਵਿਊਅਰਸ ਨੇ ਨਾ ਬਹੁਤ ਸਵਿਫਟ ਲਵਰ ਨੇ ਸਰ ਤਾਂ ਹੀ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਸਵਿਫਟ ਲਈ ਤੁਹਾਡੀ ਡਿਮਾਂਡ ਸੀ ਭਾਜੀ ਸਵਿਫਟ ਦੀ ਬਹੁਤ ਫੋਨ ਆਉਂਦੇ ਨੇ ਮੈਂ ਕਿਹਾ ਆਪਾਂ ਸਵਿਫਟ ਦੀ ਵੀਡੀਓ ਬਣਾਵਾਂਗੇ ਤੇ ਸਵਿਫਟ ਇੱਕ ਨਹੀਂ ਆਪਾਂ ਚਾਰ ਲੈ ਕੇ ਆ ਇੱਕ ਤੁਸੀਂ ਵੇਖ ਚੁੱਕੇ ਭਾਜੀ ਆ ਪ੍ਰਾਈਸ ਕੀ ਆ ਉਹਨਾਂ ਦਾ ਸਰ ਇਹ 5 ਲੱਖ ਰੁਪਏ ਡਿਮਾਂਡ ਹੈ ਸਰ 5 ਲੱਖ ਡਿਮਾਂਡ ਹੈ ਔਨ ਟੇਬਲ ਤੁਸੀਂ ਆ ਕੇ ਗੱਲ ਕਰਕੇ ਘੱਟ ਕਰਾ ਸਕਦੇ ਹੈਗੇ ਯਾਰ ਤੇ ਆਓ ਇੱਕ ਵਾਰ ਭਾਈ ਨੂੰ ਪਰੇਸ਼ਾਨ ਕਰੋ ਵੈਸੇ ਕੋਈ ਪਰਵਾਹ ਨਹੀਂ ਤੇ ਲਓ ਗੱਡੀ ਜਿੱਦਾਂ ਮਰਜ਼ੀ ਤੇ ਲੋਨ ਪਰਸਨੈਲਿਟੀ ਪੂਰੀ ਪੂਰੀ ਹੈਗੀ ਹੈ ਯਾਰ ਬੇਫਿਕਰ ਹੁਣ ਅਗਲੀ ਗੱਡੀ ਵੱਲ ਚੱਲਦੇ ਆ ਭਾਈ ਮਾਡਲ ਸਰ 2000 ਸੇਮ ਮਾਡਲ 2015 ਮਾਡਲ 2015 ਮਾਡਲ ਇਸ ਅਲੋਏ ਟਾਇਰ ਜੇ ਤੁਸੀਂ ਜਿੱਦਾਂ ਹੁਣ ਉਹ ਸਿੰਪਲ ਕਾਰ ਹੈ ਇਹਨੂੰ ਅਲੋਏ ਟਾਇਰਸ ਲੱਗੇ ਆ ਸਟਾਲਿਨ ਦੇ ਅਲੋਏਸ ਨੇ ਟਾਇਰਸ ਬਿਲਕੁਲ ਬ੍ਰੈਂਡ ਨਿਊ ਟਾਈਪ ਨੇ ਕਮੋ ਦੇ ਟਾਇਰਸ ਨੇ ਲਿਸ਼ਕਾ ਰੱਖੀਆਂ ਮਤਲਬ ਉਸ ਬਿਲਕੁਲ ਸਰ ਬਿਲਕੁਲ ਨੀਟ ਐਂਡ ਕਲੀਨ ਕਾਰ ਹੈ ਸੈਕਿੰਡਲੀ ਤੁਸੀਂ ਦੇਖੋਗੇ ਸੀਟ ਕਵਰ ਵੀ ਡਿਪ ਫਿਟਿੰਗ ਵਾਲੇ ਬਿਲਕੁਲ ਟਾਪ ਕਲਾਸ ਦੇ ਸੀਟ ਕਵਰ ਪਏ ਆ ਤੁਸੀਂ ਇੱਕ ਵਾਰੀ ਮੈਂ ਕੈਂਪ ਭਾਜੀ ਨੂੰ ਕਹਾਂਗਾ ਕੈਂਪ ਭਾਜੀ ਨੂੰ ਤੁਸੀਂ ਇੰਟੀਰੀਅਰ ਦੇਖੋ ਕਾਰ ਦਾ ਤੇ ਗਾਇਸ ਯਾਰ ਸੱਚੀ ਵਿੱਚ ਤੇ ਗਾਈਜ਼ ਯਾਰ ਸੱਚੀ ਵਿੱਚ ਯਾਰ ਇੰਟੀਰੀਅਰ ਬਹੁਤ ਅੱਛਾ ਮੈਂ ਲਾਈਟ ਆਨ ਕਰਦਾ ਥੋੜੀ ਅੰਦਰ ਤੁਹਾਨੂੰ ਦਿਖੇਗਾ ਕਿ ਹਾਂ ਇੰਟੀਰੀਅਰ ਬਹੁਤ ਜ਼ਿਆਦਾ ਸਾਫ ਸੁਥਰਾ ਤੇ ਕੰਪਰੀਬਿਟਡ ਹੈਡ ਯੂਨਿਟ ਸਟੀਰੀਓ ਹੈਗਾ ਤੇ ਯਾਰ ਮਤਲਬ ਨੀਟ ਐਂਡ ਕਲੀਨ ਪਤਾ ਨਾ ਜਿੱਦਾਂ ਕਸਟਮਰ ਦੇ ਘਰੋਂ ਆਈ ਆ ਦੇਖ ਸਕਦੇ ਹੋ ਤੁਸੀਂ ਉਹ ਸਮਾਨ ਹੁਣ ਤੱਕ ਟੰਗਾ ਕੋਈ ਮਤਲਬ
ਗੱਡੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਸੁਥਰੀ, ਨਾਲ ਦੀ ਵੀ ਸਾਫ਼ ਸੁਥਰੀ, ਇਹ ਵੀ ਬਿਲਕੁਲ। ਅਤੇ ਯਾਰ ਭਾਈ ਕਿੰਨੇ ਕਿਲੋਮੀਟਰ ਰਨ ਕੀਤੀ ਆ? ਸਰ ਇਹ ਵੀ ਲਗਭਗ 58,000 ਕਿਲੋਮੀਟਰ ਡਰਾਈਵਨ ਹੈ। ਇਹ 520 ਦੀ ਡਿਮਾਂਡ ਹੈ ਸਰ, 520। ਹਾਂ ਜੇ ਪ੍ਰਾਈਸ ਜਿਹੜਾ ਉਹ ਵੀ ਨੈਗੋਸ਼ੀਏਬਲ ਹੈ ਔਨ ਟੇਬਲ। ਔਨ ਟੇਬਲ ਤੁਸੀਂ ਆ ਕੇ ਗੱਲ ਕਰਕੇ, ਬਾਕੀ ਤੁਸੀਂ ਅਗਰ ਕਿਤੇ ਡਿਲੀਵਰ ਕਰਨੀ ਹੈ ਫੋਨ 'ਤੇ ਵੀ ਭਾਈ ਨਾਲ ਰੇਟ ਕਰਕੇ, ਰੇਟ ਕਰਕੇ ਜੋ ਵੀ ਤੁਹਾਡਾ ਪ੍ਰਾਈਸ ਹੈ, ਜੋ ਤੁਹਾਨੂੰ ਲੱਗਦਾ ਕਿ ਇਹਦਾ ਅੱਛਾ ਸੂਟੇਬਲ ਪ੍ਰਾਈਸ ਇਹ ਹੈ, ਤੁਸੀਂ ਮੈਨੂੰ ਫੋਨ 'ਤੇ ਕਾਲ ਕਰਕੇ ਗੱਲ ਕਰ ਸਕਦੇ ਹੋ ਬਿਲਕੁਲ। ਅਤੇ ਗਾਈਸ ਦੋ ਗੱਡੀਆਂ ਹੋ ਚੁੱਕੀਆਂ 2015 ਮਾਡਲ, ਸੇਮ ਦੀ ਸੇਮ, ਬਸ ਇੰਨਾ ਫਰਕ ਦੱਸ ਦਿੰਦਾ ਤੁਹਾਨੂੰ ਉਹਦੇ, ਉਹ ਸੀਗੀ 5 ਲੱਖ, ਇਹ ਹੈਗੀ ਹੈ ਤੁਹਾਡੀ 520। ਤੇ ਉਹ ਕਿਲੋਮੀਟਰ ਚੱਲੀ ਹੈ 53, ਇਹ ਚੱਲੀ 58 ਜੀ। ਤੇ ਗਾਈਸ ਇਹ ਹੋ ਗਈਆਂ ਦੋ, ਦੋ ਤੋਂ ਬਾਅਦ ਤੀਜੀ ਵੱਲ ਚੱਲ ਆ ਗਈ ਸਰ ਕਾਰ। ਥਰਡ ਕਾਰ ਹੈ ਸਰ, ਇਹ 2012 ਮਾਡਲ ਕਾਰ ਆ, ਇਹ ਸਵਿਫਟ ਹੈ, ਇਹ ਲਗਭਗ 64,000 ਅਪਰੋਕਸ ਚੱਲੀ ਹੋਈ ਹੈ। ਇਹਦੇ 'ਚ ਕੁਆਲਿਟੀਜ਼ ਇਹ ਨੇ, ਇਹਦੇ ਸੀਟ ਕਵਰਸ ਬਿਲਕੁਲ ਨਏ ਨੇ, ਲਾਇਜ਼ ਲੱਗੇ ਹੋਏ ਨੇ, 15 ਇੰਚੀਜ਼ ਲਾਇਜ਼ ਨੇ, ਟਾਇਰਸ ਬਿਲਕੁਲ ਨਿਊ ਨੇ। ਸੈਕਿੰਡਲੀ ਇਹ 'ਚ ਐਂਪਲੀਫਾਇਰ, ਬੂਫਰ, ਰੀਅਰ ਕੈਮਰਾ ਐਂਡ ਆਪਣਾ ਟੱਚ ਸੀ ਡੀ ਸਿਸਟਮ ਸਾਰਾ ਕੁਛ ਲੱਗਾ ਹੋਇਆ। ਗਾਈਸ ਸਭ ਤੋਂ ਪਹਿਲਾਂ ਯਾਰ ਤੁਹਾਨੂੰ ਇਹੀ ਚੀਜ਼ਾਂ ਦਿਖਾ ਦਿੰਦੇ, ਕਿਉਂਕਿ ਅੱਜ ਕੱਲ੍ਹ ਜਿੰਨੇ ਆਪਣੇ ਭਰਾ ਨੇ ਸਵਿਫਟ ਦੀ ਅਸੈਸਰੀ ਵੱਲ, ਜਿੰਨੇ ਆਪਣੇ ਭਰਾ ਨੇ ਸਾਰੇ ਸਵਿਫਟ ਦੀ ਅਸੈਸਰੀ ਵੱਲ ਬਹੁਤ ਜ਼ਿਆਦਾ ਜਾਂਦੇ। ਤੁਸੀਂ ਵੇਖ ਸਕਦੇ ਪਾਇਨੀਅਰ ਦਾ ਬੂਫਰ ਲੱਗਾ ਹੋਇਆ, ਅਤੇ ਪ੍ਰੋਪਰ ਮਤਲਬ ਨਾ ਜੈਕ ਜੁੱਕ ਸਭ ਕੁਝ ਵਿੱਚ ਤੁਹਾਨੂੰ ਮਿਲੇਗਾ, ਅਤੇ ਕੈਮਰਾ ਲੱਗਾ ਹੋਇਆ ਉਸ ਤੋਂ ਇਲਾਵਾ। ਅਤੇ ਆਪਾਂ ਅੰਦਰ ਚੱਲਦੇ ਹਾਂ, ਅੰਦਰ ਦਾ ਤੁਹਾਨੂੰ ਇਹਦਾ ਇੰਟੀਰੀਅਰ ਵੱਲ ਨੂੰ ਚੱਲਦੇ, ਸੀਟ ਕਵਰ ਮੈਂ ਗਗਨਵੀਰ ਨੂੰ ਬੋਲਾਂਗਾ ਦੂਜੇ ਪਾਸੋਂ ਆਊਗਾ, ਅਤੇ ਆਪਾਂ ਤੁਹਾਨੂੰ ਦਿਖਾਈਏ। ਜਦੋਂ ਆਪਾਂ ਗਾਈਸ ਡੋਰ ਓਪਨ ਕਰਦੇ ਹਾਂ ਨਾ, ਤੁਸੀਂ ਵੇਖ ਸਕਦੇ ਹੈਗੇ ਐਂਬੀਅੰਸ ਲਾਈਟਾਂ ਵੀ ਲੱਗੀਆਂ, ਸੀਟ ਕਵਰ ਪ੍ਰੋਪਰ ਵਧੀਆ, ਉਸ ਤੋਂ ਬਾਅਦ ਨੋਰਮਲ ਆਪਣਾ ਸਟੀਰੀਓ ਵੀ ਲੱਗਾ ਹੋਇਆ, ਤੁਸੀਂ ਵੇਖ ਸਕਦੇ ਹੈਗੇ ਹੋ। ਅਤੇ ਇਹਦੀ ਇੱਕ ਚੀਜ਼ ਹੋਰ, ਪੋਰਟਸ ਬਣਾ ਕੇ ਟਿਊਟਰ ਦੇਖ ਸਕਦੇ ਤੁਸੀਂ ਕਿੱਥੇ ਫਿਟਿੰਗ ਕਰਾਏ ਗਏ ਨੇ, ਅਤੇ ਇਹ ਇੱਕ ਅਸੈਸਰੀ ਹੀ ਹੈਗੀ ਹੈ। ਅਤੇ ਬਾਕੀ ਆਓ ਭਾਈ ਨਾ ਆਪਾਂ ਰੇਟ ਦੀ ਗੱਲ ਕਰਦੇ, ਕਿੰਨੇ ਕਿਲੋਮੀਟਰ ਰਨ ਹੋਈ ਹੈ ਅਤੇ ਕੀ ਅਸੈਸਰੀ ਲੱਗੀ ਆ। ਜਿਵੇਂ ਤੁਹਾਨੂੰ ਦੱਸਿਆ 2012 ਮਾਡਲ ਹੈ, 63,000 ਜਾਂ 64,000 ਅਪਰੋਕਸ ਚੱਲੀ ਹੈ। ਆਲ ਅਸੈਸਰੀਜ਼ ਫਿਟਡ ਹੈ, ਸੈਂਟਰ ਲੋਕਿੰਗ, ਸੀਟ ਕਵਰਸ, ਬੂਫਰ, ਐਂਪਲੀਫਾਇਰ, ਟੱਚ ਪੈਨਲ, ਲੋਕਲ ਜਲੰਧਰ ਦਾ ਰਜਿਸਟ੍ਰੇਸ਼ਨ ਹੈ, ਠੀਕ ਆ, ਮਤਲਬ ਈਜ਼ੀ ਟੂ ਡਰਾਈਵ ਵਿਦ ਅ ਵੈਰੀ ਗੁੱਡ ਕਾਰ। ਇਹਦੀ ਸਰ ਪ੍ਰਾਈਸ ਡਿਮਾਂਡ ਹੈ 375 ਜੀ, ਦੈਟ ਇਜ਼ ਆਲਸੋ ਸਲਾਈਟਲੀ ਨੈਗੋਸ਼ੀਏਬਲ। ਮਤਲਬ ਇਹ ਵੀ ਨਹੀਂ ਕਿ ਵੀ ਆਰ ਨੋਟ, ਮਤਲਬ ਆਪਾਂ ਫਿਕਸ ਪ੍ਰਾਈਸ ਦੀ ਗੱਲ ਨਹੀਂ ਕਰਾਂਗੇ, ਆਪਾਂ ਨੈਗੋਸ਼ੀਏਬਲ ਪ੍ਰਾਈਸ ਦੀ ਹੀ ਗੱਲ ਕਰਾਂਗੇ। ਅਤੇ ਗਾਈਸ ਤੁਸੀਂ ਕਾਲ ਕਰਕੇ ਘਟਾ ਸਕਦੇ ਹੈਗੇ ਯਾਰ ਪ੍ਰਾਈਸ ਯਾਰ, ਬਾਕੀ ਤੁਹਾਨੂੰ ਜੋ ਜਿੱਦਾਂ ਦਾ ਵੀ ਇੱਕ ਆਉਂਦਾ ਨਾ ਦਿਲ 'ਚ ਕਿ ਹਾਂ ਗੱਡੀ ਦਾ ਡਿਮਾਂਡ ਜ਼ਿਆਦਾ ਹੈ, ਇੰਨੀ ਹੋਣੀ ਚਾਹੀਦੀ ਹੈ, ਅਤੇ ਵੇਚ ਮਤਲਬ 50,000 ਤੋਂ 70,000 ਦੇ ਕੇ ਸਾਨੂੰ ਤੁਸੀਂ ਕਾਰ ਲੈ ਕੇ ਜਾ, ਕਾਰ ਵੀ ਲੈ ਕੇ ਜਾ ਸਕਦੇ ਹੋ ਕਿਉਂਕਿ ਲੋਨ ਹੋਏਗਾ ਬਿਲਕੁਲ। ਅਤੇ ਬਾਕੀ ਤੁਹਾਡੇ ਦਿਲ 'ਚ ਕੀ ਅਮਾਊਂਟ ਆਉਂਦੀ ਹੈ ਗੱਡੀ ਦੀ, ਕੀ ਅਮਾਊਂਟ ਹੈ ਤੁਸੀਂ ਭਾਈ ਨੂੰ ਦੱਸੋ, ਜਿੱਥੇ ਤੁਹਾਡੀ ਗੱਲ ਬਣਦੀ ਹੈ ਉਹ ਬਣਾਓ। ਲੇਕਿਨ ਮੈਂ ਇੱਕ ਗੱਲ ਦੱਸਾਂ, 2015 ਮਾਡਲ ਦੇ ਅੱਗੇ 2012 ਮਾਡਲ ਸਾਰਾ, ਲੇਕਿਨ ਮੈਨੂੰ ਕੋਈ ਉੱਚ ਕਮੀ ਕੋਈ ਉਹ ਲੱਗੀ ਨਹੀਂ ਕਿ ਹਾਂ ਸੇਮ ਟੂ ਸੇਮ ਉੱਦਾਂ ਹੀ ਸ਼ਾਈਨ, ਉਹੀ ਚੀਜ਼ ਹੈ ਨਾ ਬਾਈ, ਮਜ਼ਾ ਹੀ ਕੁਛ ਅਲੱਗ ਆ ਰਿਹਾ। ਮਤਲਬ ਨਾ ਮੈਨੂੰ 15 ਮਾਡਲ ਦੇ ਉੱਤੇ ਤਾਂ 12 ਮਾਡਲ ਲੱਗਦਾ ਵਾ ਕਿ ਇਹ ਹੋਣਾ ਮੇਰੇ ਹਿਸਾਬ ਨਾਲ 17 ਹੈ ਨਾ, 16-17 ਮਾਡਲ ਬਿਲਕੁਲ ਜੀ। ਅਤੇ ਉਸ ਤੋਂ ਬਾਅਦ ਅਗਲੀ ਆਪਾਂ 2014 ਮਾਡਲ 'ਤੇ ਜਾਵਾਂਗੇ, 2014 ਮਾਡਲ। ਅਤੇ ਯਾਰ ਤੁਸੀਂ ਦੋ ਗੱਡੀਆਂ ਹੁਣ ਤਿੰਨ ਗੱਡੀਆਂ ਵੇਖ ਚੁੱਕੇ ਹੋ, ਅਤੇ ਚੌਥੀ ਗੱਡੀ ਵੱਲ ਚੱਲਦੇ ਨਨੂ ਭਾਈ। ਯਾਰ ਇਹ ਗੱਡੀ ਨਾ ਫਰੰਟ ਸਾਈਡ ਤੋਂ ਲੋਕੀ ਕੁਝ ਮਜ਼ੇਦਾਰ ਦੇ, ਕਿਉਂਕਿ ਫਰੰਟ ਸਾਈਡ ਤੋਂ ਤੁਸੀਂ ਦੇਖੋ ਇਹਨੂੰ ਕ੍ਰੋਮ ਗ੍ਰਿਲਸ ਲੱਗੀਆਂ ਹੋਈਆਂ, ਜੋ ਕਿ ਲੁੱਕ ਨੂੰ ਮਜ਼ਾ ਦੇ ਰਹੀ ਹੈ। ਬਿਲਕੁਲ ਬਿਲਕੁਲ, ਕਾਰ ਨੂੰ ਇੱਕ ਅਲੱਗ ਫੀਲ ਦੇ ਰਹੀ ਹੈ। ਹਾਰਡਲੀ ਕਿ ਮਤਲਬ ਇਦਾਂ ਦੀ ਦੇਖਿਆ ਜਾਏ ਕੋਈ ਇੰਨੀਆਂ ਕੋਈ ਕੋਸਟਲੀ ਤਾਂ ਨਹੀਂ ਹੈਗੀਆਂ, ਪਰ ਫਿਰ ਵੀ ਇੱਕ ਕ੍ਰੋਮ ਗ੍ਰਿਲ ਨਾ ਇੱਕ ਅਟਰੈਕਸ਼ਨ, ਇੱਕ ਅੱਛੀ ਕਾਰ ਲੱਗਣ ਲੱਗ ਪੈਂਦੀ ਹੈ, ਜਿੱਦਾਂ ਸਾਰੀਆਂ ਸਿੰਪਲ ਲੱਗ ਰਹੀਆਂ, ਇਹ ਕੁਛ ਹਟ ਕੇ ਲੱਗ ਰਹੀ ਹੈ। ਇਹ 2014 ਮਾਡਲ ਕਾਰ ਹੈ ਸਰ, ਅਲੋਏ ਵੀਲਸ ਇਹ 'ਚ ਵੀ ਹੈਗੇ ਨੇ, ਟਾਇਰਸ ਬਿਲਕੁਲ ਅੱਛੇ ਨੇ, ਸਿੰਗਲ ਓਨਰ ਕਾਰ ਹੈ। ਇਹਦੀ ਜਿਹੜੀ ਡਿਮਾਂਡ ਹੈ 485 ਦੀ ਰੇਂਜ, 485 ਜੀ ਸਰ। ਅਤੇ ਗਾਈਜ਼ ਯਾਰ 12 ਔਰ ਇਹਦੇ ਵਿੱਚ ਮੈਨੂੰ ਕੁਛ ਖਾਸ ਮਤਲਬ ਨਾ ਪ੍ਰਾਈਸ ਵਾਈਜ਼ 'ਚ ਕੁਛ ਖਾਸ ਫਰਕ ਨਹੀਂ ਲੱਗਾ, ਅਤੇ ਤੁਸੀਂ ਆ ਕੇ ਯਾਰ ਫਟਾਫਟ ਖਰੀਦੋ ਯਾਰ। ਅਤੇ ਗੱਡੀ ਦਾ ਇੱਕ ਤੁਹਾਨੂੰ ਓਵਰਵਿਊ ਦਿੰਦੇ ਹੈਗੇ, ਮੈਂ ਗਗਨਵੀਰ ਨੂੰ ਬੋਲਾਂਗਾ ਉੱਧਰ ਆਏਗਾ, ਅਤੇ ਭਾਈ ਦੀ ਵੀ ਅਸੈਸਰੀ ਵੱਲ ਨੂੰ ਆਪਾਂ ਚੱਲਦੇ, ਅਸੈਸਰੀ ਦਿਖਾਈਏ। ਅਤੇ ਗਾਈਜ਼ ਯਾਰ ਮਜ਼ੇਦਾਰ, ਇਹਦੇ ਵਿੱਚ ਕੰਪਨੀ ਵਾਲੇ ਹੀ ਸੀਟ ਕਵਰ ਰੱਖੇ ਗਏ ਨੇ, ਦੂਜੇ ਸੀਟ ਕਵਰ ਨਹੀਂ ਪਾਏ। ਅਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਥੱਲੇ ਪ੍ਰੋਪਰ ਮੈਟਸ ਪਏ ਨੇ, ਗੱਡੀ ਬਿਲਕੁਲ ਸਾਫ਼ ਸੁਥਰੀ ਆ, ਅਤੇ ਕੰਪਨੀ ਵਾਲਾ ਆਪਣਾ ਹੈਡੀ ਨੂੰ ਲੱਗਾ, ਐਚ 'ਚ ਵੀ ਤੁਹਾਨੂੰ ਦਿਖਦਾ ਪਿਆ ਜੋ ਮਤਲਬ ਕਸਟਮਰ ਦੀ ਜਿੱਦਾਂ ਗੱਡੀ ਸੀਗੀ ਨਾ ਉੱਦਾਂ ਦੀ ਉੱਦਾਂ ਨੂੰ ਹੀ ਰੱਖਿਆ ਗਿਆ, ਮਤਲਬ ਕਿਸੇ ਚੀਜ਼ ਨਾਲ ਕੋਈ ਛੇੜਖਾਨੀ ਨਹੀਂ ਹੋਈ। ਅਤੇ ਤੁਸੀਂ ਇਹ ਚੀਜ਼ ਤੋਂ ਜਾਣ ਸਕਦੇ ਹੈਗੇ ਗੱਡੀ ਓਰਿਜਨਲ ਆ। ਓਰਿਜਨਲ ਮਤਲਬ ਕਿ ਆ ਤੁਹਾਨੂੰ ਨਾ ਮਤਲਬ ਇਹ ਜਿੱਦਾਂ ਹੀ ਦਿਖ ਰਹੀ ਹੈ ਨਾ ਗੱਡੀ, ਉਹੋ ਜਿਹੀ ਹੀ ਤੁਹਾਨੂੰ ਮਿਲੇਗੀ, ਮਤਲਬ ਕੋਈ ਫਾਲਤੂ ਉਹਦੇ ਵਿੱਚ ਕੰਮ ਨਹੀਂ, ਕੋਈ ਕੁਛ ਨਹੀਂ ਕਿ ਐਕਸੀਡੈਂਟ ਨਹੀਂ ਹੋਇਆ, ਇਹ ਸਭ ਦੀ ਤੁਹਾਨੂੰ ਗਰੰਟੀ ਇੱਥੇ ਮਿਲਦੀ ਹੈ। ਅਤੇ ਆਪਾਂ ਨਨੂ ਭਾਈ ਕੋਲੋਂ ਪੁੱਛਦੇ ਹੈਗੇ ਹਾਂ, ਨਨੂ ਭਾਈ ਦੱਸਣਗੇ ਕਿ ਹਾਂ ਸਾਡੇ ਕੋਲ ਕਿਸ ਕਿਸ ਚੀਜ਼ ਦੀ ਆਪਾਂ ਗਰੰਟੀ ਦਿੰਦੇ ਹਾਂ। ਨਨੂ ਭਾਈ ਨਾਲ ਲੈਂਦੇ, ਨਨੂ ਭਾਈ ਯਾਰ ਸਭ ਤੋਂ ਪਹਿਲਾਂ ਆਪਾਂ ਕਿਸ ਕਿਸ ਚੀਜ਼ ਦੀ ਗਰੰਟੀ ਦਿੰਦੇ ਹਾਂ, ਅਤੇ ਸਾਨੂੰ ਕੀ ਪੇਪਰ ਵਰਕ 'ਚ ਆਪਾਂ ਮਤਲਬ ਕਰਾ ਕੇ ਦਿੰਦੇ ਹਾਂ ਵਿੱਚ? ਸਰ ਮੈਂ ਜਾਂ ਪਹਿਲਾਂ ਆਪਾਂ ਸਾਰੀ ਵੀਡੀਓਜ਼ ਦਿੱਤਾ, ਮਤਲਬ ਮੈਜੋਰਟੀ ਆਫ ਕਾਰਸ ਮੇਰੇ ਕੋਲ ਜਿਹੜੀਆਂ ਨੇ ਉਹ ਕਾਰ ਟਾਈਮ ਵੱਲੋਂ ਸਰਟੀਫਾਈਡ ਹੈ, ਤੁਸੀਂ ਦੇਖਿਆ ਵੀ ਹੋਊਗਾ ਕਾਰ ਟਾਈਮ ਸਰਟੀਫਾਈਡ ਲਿਖਿਆ, ਮੈਜੋਰਟੀ ਆਫ ਕਾਰ, ਮੈਂ ਸਾਰੀਆਂ ਕਾਰਸ ਨਹੀਂ ਕਹਾਂਗਾ, ਮੈਜੋਰਟੀ ਆਫ ਕਾਰਸ ਮੇਰੇ ਕੋਲ ਸਾਰੀਆਂ ਕਾਰ ਟਾਈਮ ਸਰਟੀਫਾਈਡ।
ਸਰਟੀਫਾਈਸ ਦੇ ਵਿੱਚ ਆਪਾਂ ਸਰ 20-25 ਚੀਜ਼ ਰਿਸਪੋਂਸੀਬਿਲਟੀ ਲੈਂਦੇ ਹਾਂ, ਜਿਵੇਂ ਇੰਜਨ, ਇੰਜਨ ਆਇਲ, ਗੇਅਰ, ਬ੍ਰੇਕ ਆਇਲ, ਟਾਇਰਸ, ਮਤਲਬ ਕੋਈ ਟਾਇਰਸ ਅੱਛੇ ਮਾੜੇ ਨਹੀਂ ਹੋਣਗੇ, ਕੋਈ ਰੀਸੋਲਿੰਗ ਟਾਇਰਸ ਜਿੱਦਾਂ ਅੱਜ ਕੱਲ੍ਹ ਚੱਲ ਰਿਹਾ ਮਾਰਕੀਟ, ਉੱਦਾਂ ਦੀ ਕੁਛ ਨਹੀਂ ਹੋਏਗੀ, ਬਿਲਕੁਲ ਗੁੱਡੀ ਕਢਾ ਕੇ ਉੱਦਾਂ ਦਾ ਕੁਛ ਨਹੀਂ ਹੋਏਗਾ, ਜਿੱਦਾਂ ਕੋਈ ਅਲੋਇਸ ਨੇ ਕੋਈ ਉੱਦਾਂ ਵੈਲਡਿੰਗ ਸ਼ੈਲਡਿੰਗ ਕਰਾ ਕੇ ਪਾ ਦਿੰਦੇ ਨੇ, ਮਤਲਬ ਇੱਦਾਂ ਦਾ ਕੁਛ ਨਹੀਂ ਹੋਏਗਾ, ਸਰਵਿਸਿਜ਼ ਪ੍ਰੋਪਰ ਟਾਈਮ ਟੂ ਟਾਈਮ ਹੋਈਆਂ ਹੋਣਗੀਆਂ, ਤੁਹਾਨੂੰ ਸਰਵਿਸ ਵੀ ਕਰਾਉਣੀ ਨਹੀਂ ਪਏਗੀ, ਸਰਵਿਸ ਕਾਰ ਕੀਤੀ ਹੋਈ ਹੋਏਗੀ, ਉਸ ਤੋਂ ਬਾਅਦ ਅੰਦਰੋਂ ਨੀਟ ਐਂਡ ਕਲੀਨ ਹੋਏਗੀ, ਕਲੱਚ ਦਾ, ਬ੍ਰੇਕ ਦਾ, ਕੋਈ ਇੰਜਨ ਦਾ, ਕਿਸੇ ਕੋਲ ਮੇਜਰ ਕੰਮ ਕਿਸੇ ਚੀਜ਼ ਦਾ ਕਾਰ ਦਾ ਮੇਰੇ ਕੋਲੋਂ ਕੁਝ ਨਹੀਂ ਹੋਏਗਾ ਜਿਹੜੀ ਕਾਰ ਸਰਟੀਫਾਈਡ ਹੋਏਗੀ। ਠੀਕ ਆ ਜੀ। ਸੈਕਿੰਡ ਗੱਲ ਆਉਂਦੀ ਆਪਣੀ ਲੋਨ ਦੀ, ਲੋਨ ਸਰ ਸਾਡਾ ਬੈਂਕ ਨਾਲ ਟਾਈ ਅਪ ਆ, ਅਸੀਂ ਚੈਨਲ ਪਾਰਟਨਰ ਆ IDFC, HDFC, ਕੋਟਕ ਮਹਿੰਦਰਾ ਤੇ ICICI ਦੇ, ਅਸੀਂ ਉਹਨਾਂ ਤੋਂ ਲੋਨ ਕਰਵਾ ਦਿੰਦੇ ਹਾਂ, ਜਿੱਦਾਂ ਕੋਈ ਸੈਲਰੀ ਮੈਨ ਹੈ ਉਹਦਾ ਉਸ ਬੈਂਕ 'ਚ ਲੋਨ ਪੈ ਜਾਂਦਾ ਹੈ, ਕੋਈ ਬਿਜ਼ਨਸ ਪ੍ਰੋਫਾਈਲ ਹੈ ਉਹਦਾ ਹੋਰ ਹਿਸਾਬ ਦਾ ਲੋਨ ਪੈ ਜਾਂਦਾ, ਕੋਈ ਐਗਰੀਕਲਚਰਲਿਸਟ ਹੈ ਅਸੀਂ ਉਸ ਹਿਸਾਬ ਨਾਲ ਲੋਨ ਕਰਾ ਕੇ ਅਸੀਂ ਲੋਨ ਕਰਾ ਦਿੰਦੇ ਹਾਂ ਕਾਰ ਦਾ। ਤੇ ਗਾਇਜ਼ ਇਹ ਸੀਗੀ ਇਨਫੋਰਮੇਸ਼ਨ, ਬਾਕੀ ਥਰਡਲੀ ਆਪਣੀ ਰਹਿ ਗਈ ਇੰਸ਼ੋਰੈਂਸ ਦੀ, ਕਈਆਂ ਦੀ ਕਾਲ ਆਉਂਦੀ ਹੈ ਸਰ ਤੁਸੀਂ ਇੰਸ਼ੋਰੈਂਸ ਵੀ ਕਰਾਉਂਦੇ ਹੋ, ਜੀ ਸਰ ਆਪਾਂ ਇੰਸ਼ੋਰੈਂਸ ਵੀ ਕਰਾ ਦਿੰਦੇ ਹਾਂ, ਤੁਹਾਡੀ ਕੋਈ ਕਾਰ ਘਰ ਖੜੀ ਹੈ, ਤੁਸੀਂ ਆਊਟ ਆਫ ਇੰਡੀਆ ਰਹਿੰਦੇ ਹੋ ਜਾਂ ਵਿਦ ਇਨ ਇੰਡੀਆ ਰਹਿੰਦੇ ਹੋ, ਤੁਹਾਡੀ ਕੋਈ ਇੰਸ਼ੋਰੈਂਸ ਨਹੀਂ ਹੋ ਰਹੀ, ਥਰਡ ਪਾਰਟੀ ਜਾਂ ਫੁੱਲ ਇੰਸ਼ੋਰੈਂਸ, ਕੋਈ RTO ਰਿਲੇਟਡ ਪ੍ਰੋਬਲਮ ਹੈ, ਤੁਸੀਂ ਕਾਰ ਪਹਿਲਾਂ ਵੀ ਕਿਤੋਂ ਬਾਏ ਕਰ ਚੁੱਕੇ ਹੋ, ਮੇਰੇ ਤੋਂ ਨਹੀਂ ਕਿਸੇ ਹੋਰ ਤੋਂ ਬਾਏ ਕਰ ਚੁੱਕੇ ਹੋ, ਤੁਸੀਂ ਆਪਣੇ ਨਾਮ 'ਤੇ ਕਾਰ ਟ੍ਰਾਂਸਫਰ ਕਰਾਉਣੀ ਹੈ, ਡੈਟ ਵੇ ਉਹ ਵੀ ਅਸੀਂ ਕਰਵਾ ਦਿੰਦੇ ਹਾਂ, ਮਤਲਬ ਈਚ ਐਂਡ ਐਵਰੀ ਤੁਹਾਨੂੰ ਸਾਰਾ ਸਿੰਗਲ ਰੂਫ ਦੇ ਅੰਡਰ ਸਾਰਾ ਕੁਝ ਮਿਲ ਜਾਏਗਾ, ਹੋ ਜਾਏਗਾ ਜੀ ਸਰ। ਜਿਹਨੇ ਸਾਡੇ ਨਾਲ ਨਵੇਂ ਵਿਊਅਰਸ ਬਹੁਤ ਜੁੜੇ ਨੇ ਜੀ, ਸਾਡੇ ਨਵੇਂ ਵਿਊਅਰਸ ਨੂੰ ਆਪਾਂ ਆਪਣੀ ਦੁਕਾਨ ਦਾ ਐਡਰੈਸ ਦੱਸੀ ਇੱਕ ਵਾਰ ਤੇ ਆਪਣੇ ਫੋਨ ਨੰਬਰ। ਸਰ ਮੇਰਾ ਫੋਨ ਨੰਬਰ 9464111-2345, ਮੈਂ ਰਿਪੀਟ ਕਰ ਦਿੰਦਾ, ਈਜ਼ੀ ਫੋਨ ਨੰਬਰ ਹੈ, ਤੁਹਾਨੂੰ ਸਿਰਫ ਪਹਿਲੇ 5 ਡਿਜਿਟ ਯਾਦ ਰੱਖਣੇ ਆ, 9464111-2345। ਠੀਕ ਹੈ ਸਰ, ਇਹ ਸੀਗੇ ਫੋਨ ਨੰਬਰ ਤੇ ਭਾਈ ਨੂੰ ਤੁਸੀਂ ਕੰਟੈਕਟ ਕਰੋ। ਬਾਕੀ ਭਾਈ ਆਪਣੀ ਸ਼ੋਪ ਕਿੱਥੇ ਪੈਂਦੀ? ਮੇਰੀ ਸ਼ੋਪ ਜਲੰਧਰ ਸਿਟੀ 'ਚ ਮੇਨ ਸਿਟੀ ਸੈਂਟਰ ਦੇ ਵਿੱਚ ਫੁੱਟਬਾਲ ਚੌਂਕ ਹੈ, ਉਹਦੇ ਨੀਅਰ ਬਾਏ ਪੈਂਦੀ ਹੈ, ਤੁਸੀਂ ਮੈਨੂੰ ਕਾਲ ਕਰਕੇ ਜਦੋਂ ਮਰਜ਼ੀ ਆ ਸਕਦੇ ਹੋ, ਜਦੋਂ ਮਰਜ਼ੀ ਮੈਨੂੰ ਕਾਲ ਕਰੋ, ਮੈਂ ਤੁਹਾਨੂੰ ਪ੍ਰੋਪਰ ਗਾਈਡ ਕਰਕੇ ਤੁਹਾਨੂੰ ਆਫਿਸ ਬੁਲਾ ਲਾਂਗਾ। ਅਤੇ ਗਾਈਜ਼ ਇਹ ਸੀਗੀ ਛੋਟੀ ਜਿਹੀ ਇਨਫੋਰਮੇਸ਼ਨ ਅਤੇ ਬਾਕੀ ਪ੍ਰਾਈਸ ਸਾਨੂੰ ਸਾਰੇ ਦੱਸ ਦਿੱਤੇ ਗਏ ਨੇ, ਅਤੇ ਕੋਈ ਵੀ ਪ੍ਰਾਈਸ ਇਹ ਨਹੀਂ ਹੈ ਕਿ ਫਿਕਸ ਹੀ ਹੈ, ਤੁਸੀਂ ਆ ਕੇ ਔਨ ਟੇਬਲ ਗੱਲ ਕਰ ਸਕਦੇ। ਬਾਕੀ ਇੱਕ ਲਾਸਟ ਗੱਲ ਰਹਿ ਗਈ, ਜਿੱਦਾਂ ਆਪਾਂ ਪੁਰਾਣੀ ਵੀਡੀਓਜ਼ ਬਣਾਈ ਸੀ ਦੀਵਾਲੀ ਦੀ, ਆਪਾਂ ਵੀਡੀਓ ਸੀਗੀ ਸ਼ਾਇਦ, ਅਤੇ ਉਹਦੇ 'ਚ ਆਪਾਂ ਇੱਕ ਔਫਰ ਦਿੱਤੀ ਸੀ ਜਿਹੜੀ 2 nights ਸਟੇ ਵਾਲੀ, ਅਤੇ ਉਹ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤੀ ਸਰ 2 nights ਸਟੇ ਵਾਲੀ, ਸਾਡੀ ਉਹ ਔਫਰ ਹਲੇ ਵੀ ਕੰਟੀਨਿਊ ਹੈ ਅਪਟਿਲ ਈਅਰ ਐਂਡਿੰਗ 31st December ਤੱਕ, ਸਾਡੀ ਔਫਰ ਹਲੇ ਤੱਕ ਕੰਟੀਨਿਊ ਹੈ, ਕੋਈ ਵੀ ਕਾਰ ਸਾਡੇ ਤੋਂ ਤੁਸੀਂ ਪਰਚੇਸ ਕਰਦੇ ਹੋ, ਅਸੀਂ 2 nights ਦਾ ਸ਼ਿਮਲੇ ਹਿਲ ਸਟੇਸ਼ਨ 'ਤੇ ਤੁਹਾਨੂੰ ਸਟੇ ਦਿਆਂਗੇ ਫ੍ਰੀ ਆਫ ਕੋਸਟ। ਅਤੇ ਗਾਈਜ਼ ਯਾਰ ਇਹ ਔਫਰ ਹੈਗੀ ਹੈ ਇਹੋ ਜਿਹੀ ਕਿ ਤੁਸੀਂ ਗੱਡੀ ਵੀ ਖਰੀਦੋ, ਨਾਲ ਤੁਹਾਨੂੰ 2 ਦਿਨ ਯਾਰ ਨਿਊ ਈਅਰ ਦੇ ਲਾਗੇ ਛਾਗੇ ਆ, ਤੁਸੀਂ ਆਰਾਮ ਨਾਲ ਆਪਣੇ ਇੰਜੋਏ ਕਰਨ ਜਾ ਸਕਦੇ ਹੈਗੇ ਹੋ, ਭਾਜੀ ਵੱਲੋਂ ਉਹ ਤੁਹਾਨੂੰ ਗਿਫਟ ਮਿਲੇਗਾ ਨਵੀਂ ਕਾਰ ਦਾ। ਸਰ ਉਹ ਗਿਫਟ ਸਿਰਫ ਮੋਡੀਫਾਈ ਕਲੱਬ ਵੱਲੋਂ ਹੈ, ਜੇ ਕਸਟਮਰ ਸਾਨੂੰ ਆ ਕੇ ਕਹੇਗਾ ਕਿ ਅਸੀਂ ਮੋਡੀਫਾਈ ਕਲੱਬ ਤੋਂ ਵੀਡੀਓ ਦੇਖ ਕੇ ਆਏ ਹਾਂ, ਫਿਰ ਸਾਨੂੰ ਵੀਡੀਓ ਦਿਖਾਏਗਾ, ਤਾਜ਼ੀ ਤਾਜ਼ੀ ਗਿਫਟ ਮਿਲੇਗਾ। ਲਾਈਕ ਕੀਤੀ ਹੈ ਨਾ, ਬਿਲਕੁਲ, ਤੇ ਚੈਨਲ ਮਜ਼ੇਦਾਰ ਵੀਡੀਓ ਦੇਖਣ ਲਈ ਫਟਾਫਟ ਕਰ ਦੋ ਚੈਨਲ ਨੂੰ ਸਬਸਕ੍ਰਾਈਬ, ਤੇ ਮਿਲਦੇ ਆਪਾਂ ਨੈਕਸਟ ਵੀਡੀਓ। ਥੈਂਕ ਯੂ ਫੋਰ ਵਾਚਿੰਗ।